एक मुहिम जी चलाई है पूरे पंजाब दे विच कि सरकारी जमीन उत्ते जिहड़े लोकां दे नजायज कब्जे सरकारी जमीन जिहड़ा वो असी कब्जा मुक्त करवाउणा सरकार नूं लैके दिंदे ते सरकार दी आमदन दे विच वाधा करदे उहदे वास्ते असी पूरे पंजाब च जाए बहुत सारियां क्योंकि तुहानूं पता लीगल इत्थे समस्यावां होंदियां कोई केस सुप्रीम कोर्ट चलता कोई हाई कोर्ट चलता कोई साडी डी डी पी ओ साहब की अदालत चलता सो वो सारी अभी रिव्यू किया अज भी इतने आने का मकसद यही सीगा कि इस ब्लाक दे विच एक फुलका पिंड उत्थे 30 एकड़ जमीन उहनूं असी मेरे ख्याल अगले हफ्ते ही ले लेंगे उहदे 17 असी दखल बराबर कढ़े मैं अज एस डी एफ साहब तहसीलदार साहब साढ़े बी डी ओ साहब डी डी पी ओ साहब साढ़े सारे अफसर साढ़े डिप्टी डायरेक्टर सारिआं नूं सद्या सीगा कि तुसीं वो जिहड़ा इहदे करके कार्रवाई करके कार्रवाई तेज करो इहनां नाल मीटिंग कीती और सब नूं तैयार कीती कि अगले हफ्ते कम आपां लैणा और बहुत सौखा ईजी होगा कोई अभी गल नहीं सो मेरी मतलब जिहड़े पंजाब दे विच लोक ने जिन्हां को पिछले कई कई समय तो ये जमीना वगदियां सब नूं हाथ जोड़ के बेनती है मानसा वालों बेनती है साडे सीएम साहब वालों बेनती है कि तुसीं बहुत चिर नजायज कब्जा रखे हुण ये जमीना जिहड़ियां तुसीं छड़ दो और जे तुसीं जमीन छड्डोगे तो सरकार तुहाडी हर हालत करूगी नहीं तो असीं साडे कोल आखरी रस्ता फिर उही है कि कानूनी कार्रवाई करके सरकारी मशीनरी दे नाल जिहड़ा कब्जा लाउण दा सो एक तो यह बेनती है सब पिंडां दीआं पंचायतां नूं सरपंच साहबानां नूं कि उह हौला मार लोकां नूं प्रेरित कर साडे वल्लों मानसा वल्लों सब नूं अपील है कि जिहदे जिहदे कोई जमीन लगदी है उह जमीन अपने आप ही छड्ड दिण सानूं मतलब जिहड़ा इहदे वास्ते कोई जोर जवाई नहीं करदा ਅਸੀਂ ਅਪੀਲ ਕਰਦੇ ਹਾਂ ਸੋ ਮੈਂ ਆਇਆ ਸੀ ਇੱਥੇ ਆਹ 30 ਏਕੜ ਜ਼ਮੀਨ ਦੀ ਜਗ੍ਹਾ ਇਹਦੀ ਪੈਰਵਾਈ ਕਰਨ ਵਾਸਤੇ ਇਹਦੀ ਅਸੀਂ ਅਗਲੇ ਹਫ਼ਤੇ ਤੁਹਾਡੇ ਵੱਲੋਂ ਦਿੱਤੀ ਨੇ ਵੀ 30 ਏਕੜ ਕੈਪਟਨ ਸਾਹਿਬ ਦੇ ਜ਼ਮੀਨ ਜਿਹੜੀ ਉਹ ਵੀ ਕਰ ਦਿੱਤੀ ਉਹ ਸਾਡਾ ਕੱਲ੍ਹ ਪਹਿਲਾ ਸੀ ਕੱਲ੍ਹ ਸਾਡਾ ਪਹਿਲਾ ਸੀਗਾ ਉਹ ਸਿਸਵਾਂ ਦੇ ਲਾਗੇ ਅਭੀਪੁਰ ਪਿੰਡ ਦੇ ਵਿੱਚ ਅਸੀਂ 29 ਏਕੜ ਜ਼ਮੀਨ ਜਿਹੜੀ ਉਹ ਛੁਡਾਈ ਔਰ इस मामले च मैं तुम एक गल क्लीयर कर दी दूंगा कि देखो चाहे कैप्टन हो चाहे बादल के हो कोई भी हो साधारण बंदे को लैके पिंड के बंदे बड़े तो बड़े जो लीडर ने या अफसर ने जिन्हें ने भी कब्जा सब कुछ साडा यह मंत्र नहीं है कि ना साडी दी कोई यह अहमियत है कि बंदा केड़ी पार्टी का ਬੰਦਾ ਅਕਾਲੀ ਦਲ ਦਾ ਹੋਵੇ ਕਾਂਗਰਸ ਦਾ ਹੋਵੇ ਬੀਜੇਪੀ ਦਾ ਹੋਵੇ ਹੋ ਸਕਦਾ ਕੋਈ ਸਾਡੀ ਪਾਰਟੀ ਵਾਲੇ ਵੀ ਕਿਤੇ ਦੱਬ ਕੇ ਬੈਠੇ ਹੋਣ ਤੇ ਥੱਲੇ ਪਿੰਡਾਂ ਦੇ ਵਿੱਚ ਪਤਾ ਨਹੀਂ ਨਾ ਕਿਤੇ ਛੋੜਦੇ ਸਵਾਲ ਕਿਤੇ ਸਾਡੀ ਪਾਰਟੀ ਵਾਲੇ ਦਾ ਨਾਂ ਦੀਗਾ ਕੋਈ ਪਾਰਟੀ ਦਾ ਸਵਾਲ ਨਹੀਂ ਜੀ ਸਭ ਦੇ ਉੱਪਰ ਪੰਜਾਬ ਹੈ ਮਾਨ ਸਾਹਿਬ ਦੀ ਸਰਕਾਰ ਦਾ ਫੈਸਲਾ ਕਿ ਪੰਜਾਬ ਦੇ ਹਿੱਤਾਂ ਦੀ ਰਾਖੀ ਕਰੋ ਅਸੀਂ ਕੋਈ ਪਾਰਟੀਬਾਜ਼ੀ ਦੀ ਬਣ ਸਾਡੇ ਬੰਦੇ ਦੀ ਵੀ ਹੋਊਗੀ ਤੇ ਸਭ ਤੋਂ ਪਹਿਲਾਂ ਇਹ ਆਪਣੇ ਨਹੀਂ ਛੱਡਾਂਗੇ ਸੋ ਸਿਰਾ ਸਿਟੀ ਪ੍ਰੋਜੈਕਟ ਤੇ ਜ਼ਮੀਨ ਐਕਵਾਇਰ ਕੀਤੀ ਗਈ ਸੀ ਉੱਥੇ ਕਈ ਪੰਚਾਇਤਾਂ ਦਾ ਜਿਹੜੀਆਂ ਭੰਗ ਕਰ ਦਿੱਤੀ ਗਈਆਂ ਨੇ ਕਈਆਂ ਜ਼ਮੀਨਾਂ ਦੇ ਵਿੱਚ ਪੈਸੇ ਦਾ ਭੰਗ ਨਹੀਂ ਕੀਤੀ ਗਈ ਹੈ ਉਹਦੀ ਕੋਈ ਕਾਰ ਵੀ ਠੰਡੇ ਵਸਤੇ ਵਿੱਚ ਹੈ ਕੋਈ ਅੱਗੇ ਕਾਰ ਵੀ ਨਹੀਂ ਹੋਣਾ ਨਹੀਂ ਕੋਈ ਨਹੀਂ ਉਹਦੀ ਕਲਾਂ ਕੇ ਕਾਰ ਪਈ ਕਿਉਂਕਿ ਪਹਿਲੀਆਂ ਸਰਕਾਰਾਂ ਨੇ ਤੁਹਾਨੂੰ ਪਤਾ ਸਾਰਾ ਕੁਝ ਠੰਡੇ ਵਸਤੇ ਚ ਪਾਇਆ ਹੈ ਅਸੀਂ ਸਹਿ ਸਹਿ ਸਾਰਾ ਕੰਮ ਕਰਦੇ ਹਰ ਚੀਜ਼ ਦੀ ਅਸੀਂ ਪੈਰਵਾਈ ਕਰਾਂਗੇ ਜੀ ਹਰ ਚੀਜ਼ ਦੀ ਕਾਰਵਾਈ ਕਰਾਂਗੇ ਸਰ ਸ਼ਬਦ ਵਿੱਚ ਕਿੰਨਾ ਕੁ ਏਕੜ ਜ਼ਮੀਨ ਹੈ ਜੀ ਆਪਣੇ ਰਾਜਪਾਲ ਮਕਨੌਰ ਦੇ ਵਿੱਚ ਕਿ ਤੁਹਾਨੂੰ ਮੈਂ ਅਗਲੇ ਹਫ਼ਤੇ ਦੱਸੂਗਾ ਇੱਥੇ ਆ ਕੇ ਅਸੀਂ ਕਾਫੀ ਜ਼ਮੀਨਾਂ ਕੱਢੀਆਂ ਬਟ ਅਸੀਂ ਤੁਹਾਨੂੰ ਉਹ ਪਹਿਲਾਂ ਦੱਸਾਂਗੇ ਜਿਹੜੀਆਂ ਅਸੀਂ ਮਤਲਬ 2-4-10 ਦਿਨ ਦੇ ਵਿੱਚ ਕਬਜ਼ਾ ਲੈ ਸਕਦੇ ਹਾਂ ਜਿਵੇਂ ਕੱਲ ਸੀਸਮਾ ਕਾਰਵਾਈ ਪਾਈ ਹੈ ਇੱਥੇ ਵੀ ਉਮੀਦ ਰੱਖੀ ਜਾਊਗੀ ਇਸ ਤਰ੍ਹਾਂ ਬਿਲਡੋਜ਼ਰ ਬਿਲਕੁਲ ਜੀ ਬਿਲਕੁਲ ਅਸੀਂ ਪਹਿਲਾਂ ਹੱਥ ਜੋੜਾਂਗੇ ਸਭ ਦੇ ਘਰੀ ਅੱਜ ਵੀ ਤੁਹਾਡੇ ਥਰੂ ਹੱਥ ਜੋੜਦੇ ਹਾਂ ਮਾਨਸਾ ਵੱਲੋਂ ਆਪਣੇ ਚੀਫ ਮਿਨਿਸਟਰ ਵੱਲੋਂ ਮੁੱਖ ਮੰਤਰੀ ਸਾਹਿਬ ਵੱਲੋਂ ਸਭ ਨੂੰ ਬੇਨਤੀ ਕਰਦੇ ਹਾਂ ਕਿ ਸਾਨੂੰ ਮਜਬੂਰ ਨਾ ਕੀਤਾ ਜਾਵੇ ਸਾਰੇ ਜਣਿਆਂ ਨੇ ਜਿੰਨਾ ਸਮਾਂ ਸਿਰ ਵਾਲੀ ਜਾਂ ਕਬਜ਼ਾ ਕੀਤਾ ਆਪਣੇ ਆਪ ਛੱਡ ਦੇ ਨਹੀਂ ਤਾਂ ਮੈਂ ਤੁਹਾਨੂੰ ਦੱਸਿਆ ਕਿ ਛਡਾਉਣ ਲਈ ਹਰ ਕਾਨੂੰਨੀ ਮਤਲਬ ਰਸਤਾ ਜਿਹੜਾ ਤਿਆਰ ਕਰਨ ਪੰਜਾਬ ਦੇ ਬਿਜਲੀ ਦੇ ਕੱਟ ਬੜੇ ਲੱਗ ਰਹੇ ਨੇ ਕੋਈ ਬਿਜਲੀ ਨੂੰ ਲੈ ਕੇ ਕੋਈ ਪ੍ਰਬੰਧ ਨਹੀਂ ਕੀਤੀ ਜਾ ਰਹੇ ਲੋਕਾਂ ਦਾ ਨਹੀਂ ਪ੍ਰਬੰਧ ਹੋ ਗਿਆ ਤੁਸੀਂ ਅੱਜ ਪੜ੍ਹ ਲਿਆ ਹੋਣਾ ਅੱਜ
ਮਤਲਬ ਬਿਜਲੀ ਬੋਰਡ ਦਾ ਆ ਵੀ ਗਿਆ। ਕੱਲੇ ਪੰਜਾਬ ਚ ਨਹੀਂ, ਹਰਿਆਣੇ ਸਾਰੇ ਇੰਡੀਆ ਦੇ ਵਿਚ ਹੀ ਪ੍ਰੋਬਲਮ ਆਈ। ਕੋਲੇ ਵਗੈਰਾ ਦੀ ਪ੍ਰੋਬਲਮ ਸੀਗੀ, ਕੱਲ 12 ਵਜੇ ਤੋਂ ਬਾਅਦ ਸਾਰਾ ਕੋਈ ਠੀਕ ਹੋ ਜਾਊ। ਅੱਜ ਵੀ 12 ਵਜੇ ਤੋਂ ਬਾਅਦ ਕਾਫੀ ਠੀਕ ਹੋ ਜੂਗੀ, ਕੱਲ 12 ਵਜੇ ਤੋਂ ਬਾਅਦ ਸਾਰਾ ਸੰਕਟ ਜਿਹੜਾ ਹੱਲ। ਜਿਵੇਂ ਸਿਹਤ ਸੇਵੀ ਦੇ ਪ੍ਰੋਜੈਕਟ ਤੇ ਤੁਸੀਂ ਕਿਹਾ ਵੀ ਅਸੀਂ ਕਾਰਵਾਈ ਅਮਲ ਚ ਲਿਆਵਾਂਗੇ, ਪਰ ਉਹਦੇ ਵਿੱਚ ਜਿੱਦਾਂ ਸਰਪੰਚਾਂ ਨੇ ਘਪਲੇ ਕੀਤੇ ਨੇ, ਉਹਨਾਂ ਦੇ ਵਿੱਚ ਇਹਨਾਂ ਦੋਸ਼ ਲੱਗ ਰਹੇ ਨੇ, ਤੇ ਉਹਨਾਂ ਦੀ ਜ਼ਮੀਨ ਜਿਹੜੇ ਪੈਸੇ ਨੇ ਜਾਂ ਉਹਨਾਂ ਦੀ ਰਿਕਵਰੀ ਕੀਤੀ ਜਾਵੇਗੀ, ਉਹਨਾਂ ਦੀ ਪ੍ਰਾਪਤੀ। ਦੇਖੋ, ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਕੋਈ ਵੀ ਬੰਦਾ ਸਰਪੰਚ ਹੋਵੇ, MLA ਹੋਵੇ, ਕੋਈ ਮਿਨਿਸਟਰ ਹੋਵੇ, MP ਹੋਵੇ, ਸਾਨੂੰ ਇਹ ਚੀਜ਼ ਦਾ ਕੋਈ ਫਰਕ ਨਹੀਂ। ਸਾਨੂੰ ਸਿਰਫ ਇੱਕੋ ਗੱਲ ਦਾ ਫਰਕ ਹੈ ਕਿ ਅਸੀਂ ਪੰਜਾਬ ਦੇ ਹਿੱਤਾਂ ਦੀ ਰੱਖਿਆ। ਜਿਹੜੀ ਮਾਨ ਸਾਹਿਬ ਦੀ ਸਰਕਾਰ ਹੈ, ਉਹਦੀ ਪਹਿਲੀ ਡਿਊਟੀ ਹੈ। ਲੋਕਾਂ ਨੇ ਬਹੁਤ ਵੱਡਾ ਫਤਵਾ ਦਿੱਤਾ, 92 MLA ਬਣਾਏ। ਸਾਡਾ ਪਹਿਲਾ ਫਰਜ਼ ਹੈ ਕਿ ਅਸੀਂ ਪੰਜਾਬ ਦੇ ਹਿੱਤਾਂ ਦੀ ਰਾਖੀ। ਉਸ ਰਾਖੀ ਲਈ ਸਾਨੂੰ ਜਿਹੜੀ ਵੀ ਕਾਨੂੰਨੀ ਕਾਰਵਾਈ ਕੁਛ ਵੀ ਕਰਨਾ ਪਿਆ, ਉਹ ਅਸੀਂ ਕਰਾਂਗੇ ਕਰਾਂਗੇ। ਜੋ ਜਿੱਦਾਂ ਕਿ ਹੁਣ BDO ਸਾਹਿਬ ਦਾ ਇੱਥੇ ਨਵਾਂ ਇੱਕ ਮਾਮਲਾ ਹੋਇਆ ਮੈਡਮ ਦਾ, ਉਸ ਤੋਂ ਪਹਿਲਾਂ BDO ਸਾਹਿਬ ਮਹੀਨਾ ਡੇਢ ਮਹੀਨਾ ਰਹਿੰਦੇ ਨੇ, ਉਹ ਲੱਗਦਾ ਨਹੀਂ ਕਿ ਵੀ ਇਸ ਲੌਂਗ ਟਰਮ ਸਾਲ ਘੱਟੋ ਘੱਟ ਰਹਿਣਾ ਚਾਹੀਦਾ। ਅੱਜ ਸਮਝ ਲੱਗਦੀ ਹੈ ਕਿ ਪਿੰਡਾਂ ਵਿੱਚ ਜਾ ਕੇ ਉਹਨਾਂ ਨੂੰ ਪਤਾ। ਦੇਖੋ, ਮੈਨੂੰ ਪਤਾ ਨਹੀਂ ਪਹਿਲਾਂ ਕੀ ਹੋਇਆ ਕਿੱਦਾਂ ਨਹੀਂ ਹੋਇਆ ਪਹਿਲੀਆਂ ਸਰਕਾਰਾਂ ਨੇ, ਤੁਹਾਡੀ ਸਰਕਾਰ ਦੇ ਵਿੱਚ। ਪਰ ਅਸੀਂ ਹੁਣ ਮਤਲਬ ਮੈਡਮ ਨੂੰ ਲਾਇਆ, ਬੜਾ ਚੁੜ ਕੇ ਲਾਇਆ। ਜਿਹੜਾ ਵੀ ਬੰਦਾ ਅੱਛਾ ਕੰਮ ਕਰੂਗਾ, ਉਹ ਸਾਲ ਕਰੇ, 2 ਸਾਲ ਕਰੇ, 3 ਸਾਲ ਵੀ ਕਰੇ, ਅਸੀਂ ਉਹਨੂੰ ਕੰਮ ਕਰਨ ਦਾ ਬਿਲਕੁਲ ਮੌਕਾ ਦਿਆਂਗੇ। ਪਰ ਜੇ ਸਬਸਿਡੀ ਕਾਰਗੁਜ਼ਾਰੀ ਸਹੀ ਨਹੀਂ ਹੋਊਗੀ, ਸਾਨੂੰ ਫਿਰ ਆਪਣੇ ਆਪ ਲਾਜ਼ਮੀ ਹੈ ਕਿ ਉਹਨੂੰ ਬਦਲਣਾ ਪਵੇਗਾ। ਸੋ ਕਈ ਪਿੰਡਾਂ ਦੇ ਵਿੱਚ ਪੰਚਾਇਤਾਂ ਜਿਹੜੀਆਂ ਨੇ